ਪਹੁੰਚੇ ਇੱਕ ਉਸਦਾ ਸੁੱਕਾ ਬਾਗ ਸੀ ਉੱਥੇ ਜਾ ਕੇ ਬੈਠ ਜਾਂਦੇ ਨੇ ਜਦੋਂ ਉੱਥੇ ਜਾ ਕੇ ਬੈਠੇ ਤੇ ਉਹ ਬਾਗ ਹਰਾ ਭਰਾ ਹੋ ਗਿਆ ਸੂਕੇ ਕਾਸ਼ਟ ਹਰਿਆ ਗੁਰਬਾਣੀ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਤੇ ਜਦੋਂ ਸਤਸੰਗ ਜੋ ਸੁੱਕੇ ਬਾਗ ਹਰੇ ਹੋ ਗਏ ਕਿਸੇ ਨੇ ਰਾਜੇ ਨੂੰ ਜਾ ਕੇ ਦੱਸ ਪਾਈ ਸ਼ਿਵਨਾਮ ਤੇਰੇ ਸੁੱਕੇ ਬਾਗ ਦੇ ਵਿੱਚ ਕੋਈ ਫਕੀਰ ਆ ਕੇ ਬੈਠੇ ਕੋਈ ਸੰਤ ਆ ਕੇ ਬੈਠੇ ਤੇ ਉਹ ਜਿਹੜਾ ਤੇਰਾ ਬਾਗ ਹੈ ਉਹ ਹਰਾ ਭਰਾ ਹੋ ਗਿਆ ਰਾਜੇ ਦੇ ਸ਼ਿਵਨਾਮ ਦੇ ਮਨ ਵਿੱਚ ਆਉਂਦਾ ਹੈ ਜਿਸ ਨਾਨਕ ਨੂੰ ਮੈਂ ਹਰ ਪਲ ਚੇਤੇ ਕਰਦਾ ਹਾਂ ਸ਼ਾਇਦ ਨਾਨਕ ਹੀ ਆਏ ਹੋਣ ਅਤੇ ਉਸੇ ਵੇਲੇ ਮੋਤੀਆਂ ਨਾਲ ਭਰਿਆ ਹੋਇਆ ਥਾਲ ਲੈ ਕੇ ਨਜ਼ਰਾਨੇ ਦੇ ਰੂਪ ਵਿੱਚ ਉੱਥੇ ਪਹੁੰਚਦਾ ਅਤੇ ਜਦੋਂ ਪਹੁੰਚਦਾ ਹੈ ਅਤੇ ਜਾ ਕੇ ਨਜ਼ਰਾਨੇ ਦੇ ਰੂਪ ਵਿੱਚ ਦਕਸ਼ਿਣਾ ਦੇ ਰੂਪ ਵਿੱਚ ਕਹਿ ਲਓ ਉਹ ਰੱਖਦਾ ਹੈ ਗੁਰੂ ਪਾਤਸ਼ਾਹ ਮੁਸਕਰਾਉਂਦੇ ਨੇ ਕਹਿੰਦੇ ਨੇ ਵੀ ਦਕਸ਼ਿਣਾ ਦੇਣੀ ਹੈ ਤਾਂ ਕੋਈ ਆਪਣੀ ਚੀਜ਼ ਦੇ ਉਸਨੇ ਸੋਚਿਆ ਸ਼ਾਇਦ ਇਹ ਗੁਰੂ ਪਾਤਸ਼ਾਹ ਨੂੰ ਘੱਟ ਲੱਗ ਰਹੇ ਹੋਣ ਕਹਿੰਦੇ ਨੇ ਫਿਰ ਤੁਸੀਂ ਦੱਸੋ ਕੀ ਦੇਵਾਂ ਹਾਥੀ ਘੋੜੇ ਲਸ਼ਕਰ ਜੋ ਤੁਸੀਂ ਕਹੋ ਫਿਰ ਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਤੇਰੇ ਨਹੀਂ ਨੇ ਫਿਰ ਕਿਹਾ ਕਿ ਚਲੋ ਪੂਰਾ ਰਾਜ ਮਹਿਲ ਜੋ ਹੈ ਉਹ ਆਪ ਜੀ ਦੇ ਹਵਾਲੇ ਕਰ ਦੇਵਾਂਗੇ ਚੱਲ ਤੁਸੀਂ ਉੱਥੇ ਜਾ ਕੇ ਚਰਨ ਪਾਓ ਹੁਣ ਜਦੋਂ ਇਹ ਕਿਹਾ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮਹਿਲ ਤੇ ਕਦੇ ਕਿਸੇ ਹੋਰ ਦਾ ਸੀ ਅੱਜ ਤੇਰਾ ਹੈ ਕੱਲ੍ਹ ਫਿਰ ਹੋਰ ਕਿਸੇ ਦਾ ਹੋਵੇਗਾ ਜਦੋਂ ਤੂੰ ਪਰਵਾਸ ਕਰ ਜਾਵੇ ਮੈਂ ਕਿਹਾ ਨਾ ਕਿ ਕੋਈ ਆਪਣੀ ਚੀਜ਼ ਦੀ ਦਕਸ਼ਿਣਾ ਵਿੱਚ ਦੇਣੀ ਹੈ ਤਾਂ ਕੋਈ ਆਪਣੀ ਚੀਜ਼ ਦੇ ਕਹਿੰਦੇ ਇਹ ਤਨ ਹਾਜ਼ਰ ਹੈ ਗੁਰੂ ਪਾਤਸ਼ਾਹ ਫਿਰ ਮੁਸਕਰਾਏ ਬਈ ਤਨ ਤੇਰਾ ਥੋੜ੍ਹੀ ਹੈ ਇਹ ਤਾਂ ਪੰਜ ਤੱਤਾਂ ਨਾਲ ਬਣਿਆ ਹੈ ਅਖੀਰ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਣਾ ਹੈ ਗੁਰੂ ਪਾਤਸ਼ਾਹ ਦੇ ਇਸ ਵਚਨ ਨੂੰ ਸੁਣ ਕੇ ਉਹ ਹੈਰਾਨ ਹੁੰਦਾ ਹੈ ਘੋੜੇ ਲਸ਼ਕਰ ਜੋ ਕੁਛ ਮੈਂ ਕਹਿ ਰਿਹਾ ਸੋਨੇ ਚਾਂਦੀ ਉਹਦੇ ਥਲ ਹੀਰੇ ਜੋ ਰਾਤਾਂ ਨਾਲ ਭਰ ਕੇ ਆਇਆ ਹੀ ਸੀ ਉਹ ਸਭ ਕੁਛ ਨਹੀਂ ਤਾਂ ਮੈਂ ਦੇਵਾਂ ਕੀ ਫਿਰ ਕਹਿੰਦਾ ਪਾਤਸ਼ਾਹ ਤੁਸੀਂ ਦੱਸੋ ਮੈਂ ਕੀ ਦੇਵਾਂ ਲਕਸ਼ਮਣ ਨੇ ਤੁਹਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਬਸ ਇਹ ਮੈਂ ਹੀ ਮੈਨੂੰ ਦੇ ਜਦੋਂ ਮੈਂ ਦੇ ਦਿੱਤੀ ਨਾ ਤਾਂ ਸਭ ਕੁਛ ਸਮਰਪਿਤ ਅਤੇ ਜਿਸ ਦਾ ਸਭ ਕੁਛ ਸਮਰਪਿਤ ਉਹ ਫਿਰ ਉਸ ਰੱਬ ਨੇ ਉਸਦੇ ਅੱਗੇ ਹਾਜ਼ਰ ਹੋ ਜਾਣਾ ਇਸੇ ਤਰ੍ਹਾਂ ਸਤਸੰਗ ਜੋ ਬੁੱਲੇ ਸ਼ਾਹ ਨੇ ਵੀ ਇੱਕ ਵਾਰੀ ਆਪਣੇ ਹੀ ਜੋ ਉਸਤਾਦ ਸਨ ਇਨਾਇਤ ਸ਼ਾਹ ਉਹਨਾਂ ਨੂੰ ਇਸੇ ਤਰ੍ਹਾਂ ਕਿਹਾ ਸੀ ਕਿ ਮੈਨੂੰ ਖੁਦਾ ਦੇ ਦਰਸ਼ਨ ਕਰਾ ਦਿਉ ਤਾਂ ਉਹਨਾਂ ਨੇ ਜਦ ਜਿਸ ਆਸ਼ਰਮ ਵਿੱਚ ਇਹ ਰਹਿੰਦੇ ਸਨ ਕਿਹਾ ਕਿ ਉਹ ਸਾਹਮਣੇ ਜਿਹੜਾ ਦਰਖਤ ਹੈ ਨਾ ਉਸਦੇ ਉੱਤੇ ਚੜ੍ਹ ਬੜਾ ਉੱਚਾ ਪੇੜ ਸੀ ਉਸ 'ਤੇ ਚੜ੍ਹ ਜਾ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਵੱਲ ਚੜ੍ਹ ਜਾਂਦਾ ਜੇ ਮੈਨੂੰ ਖੁਦਾ ਦੇ ਦਰਸ਼ਨ ਹੁੰਦੇ ਨੇ ਤਾਂ ਜਿਵੇਂ ਉਹ ਚੜ੍ਹਦਾ ਹੈ ਥੋੜ੍ਹੀ ਉੱਚਾਈ 'ਤੇ ਚੜ੍ਹਿਆ ਪੈਰ ਕੰਬਣ ਲੱਗ ਪਏ ਅਤੇ ਫਿਰ ਕਹਿੰਦੇ ਹੁਣ ਠੀਕ ਹੈ ਤੂੰ ਕਹਿੰਦੇ ਮੈਂ ਠੀਕ ਹਾਂ ਪਹਿਲੇ ਤਾਂ ਬੋਲੀ ਜੇ ਬੋਲੇ ਬੁੱਲੇ ਸ਼ਾਹ ਫਿਰ ਥੋੜ੍ਹਾ ਜਿਹਾ ਉੱਚਾ ਉੱਠੇ ਤਾਂ ਹੋਰ ਉੱਚੇ ਚੜ੍ਹੇ ਤਾਂ ਬੜੀ ਘਬਰਾਹਟ ਹੋਣ ਲੱਗ ਪਈ ਕਿ ਹੁਣ ਗਿਆ ਕਿ ਹੁਣ ਗਿਆ ਹੁਣ ਫਿਰ ਪੁੱਛਿਆ ਤੈਨੂੰ ਉਸਤਾਦ ਜੀ ਨੇ ਇਨਾਇਤ ਸ਼ਾਹ ਨੇ ਪੁੱਛਿਆ ਹੁਣ ਕੀ ਹਾਲ ਹੈ ਕਹਿੰਦੇ ਜੀ ਉਸਤਾਦ ਜੀ ਮੈਂ ਮੋਇਆ ਕਹਿੰਦੇ ਮੈਂ ਮੋਇਆ ਤਾਂ ਖੁਦਾ ਹੋਇਆ ਜਦੋਂ ਮੈਂ ਮੇਰੀ ਮਿਟਦੀ ਹੈ ਤਾਂ ਖੁਦਾ ਹਾਜ਼ਰ ਹੋ ਜਾਂਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਗਤ ਦੇ ਵਿੱਚ ਇਸ ਮੈਂ ਨੂੰ ਮਾਰ ਕੇ ਤੂੰ ਹੀ ਤੂੰ ਦੇ ਗੀਤ ਧੰਨ ਕਰਤਾਰ ਦੇ ਗੀਤ ਸਤਨਾਮ ਦਾ ਚੱਕਰ ਜਿਹੜਾ ਹੈ ਉਹ ਚਲਾਇਆ ਹੈ ਜਿੱਥੇ ਵੀ ਗੁਰੂ ਪਾਤਸ਼ਾਹ ਗਏ ਇਹ ਪਿਆਰ ਦੇ ਗੀਤ ਜਿਹੜੇ ਨੇ ਜੋ ਗੁਰੂ ਪਾਤਸ਼ਾਹ ਦੇ ਜੋ ਤਰਾਨੇ ਨੇ ਪਿਆਰ ਦੇ ਭਾਈ ਮਰਦਾਨੇ ਜੀ ਨੂੰ ਕਹਿਣਾ ਮਰਦਾਨਾ ਜੀ ਰਬਾਬ ਛੇੜੋ ਬਾਣੀ ਆਈ ਹੈ ਤੁਰ ਤਰਗਾਂ ਤੋਂ ਆਈ ਪਾਵਨ ਬਾਣੀ ਆਪਣੇ ਮੁਖਾਲਮੇ ਤੋਂ ਉਚਾਰਨ ਕਰਨੀ ਅਤੇ ਭਾਈ ਮਰਦਾਨਾ ਜੀ ਨੇ ਉਹ ਰਬਾਬ ਦੀਆਂ ਤਾਰਾਂ ਨੂੰ ਛੇੜਨਾ ਅਤੇ ਉਸ ਦੇ ਨਾਲ ਜਿਹੜਾ ਮਾਹੌਲ ਪੈਦਾ ਹੋਣਾ ਉਹ ਸਾਸਨ ਜੋ ਹਿੰਸਕ ਤੋਂ ਹਿੰਸਕ ਪ੍ਰਾਣੀ ਵੀ ਉੱਥੇ ਸ਼ਾਂਤਮਈ ਢੰਗ ਨਾਲ ਆ ਕੇ ਖੜ੍ਹੇ ਹੋ ਜਾਂਦੇ ਸਨ ਅਤੇ ਉਸ ਰਸ ਨੂੰ ਆਨੰਦ ਨੂੰ ਬਾਣੀ ਨੂੰ ਮਾਣਦੇ ਸਨ ਅਤੇ ਕੀ ਸਾਸਨ ਜੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਾਡਾ ਉਦਾਰ ਨਹੀਂ ਹੋਵੇਗਾ ਗੁਰੂ ਨਾਨਕ ਨੂੰ ਜਿਸ ਨੇ ਸੁਣਿਆ ਦੇਖਿਆ ਸਿਹਰ ਦਰਬਾਰਨਾ ਬੜਿਆ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਇਹ ਪਵਨ ਪਰਮਾਨ ਗੁਰੂ ਨਾਨਕ ਪਾਤਸ਼ਾਹ ਦਾ ਜੋ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਸੁਣਦਾ ਹੈ ਵਿਚਾਰਦਾ ਹੈ ਗੁਣਦਾ ਹੈ ਤਾਂ ਸਾਸਵੀ ਜੀ ਉਸਦੀ ਲੋਕ ਦੇ ਵੱਲੋਂ ਸੁਗਿਧੀ ਹੋ ਜਾਂਦੇ ਨੇ ਵਾਹਿਗੁਰੂ ਰਹਿਮਤ ਕਰੇ ਸਤਿਗੁਰੂ ਕਿਰਪਾ ਕਰੇ ਅਸੀਂ ਵੀ ਇਸ ਦਰ 'ਤੇ ਆ ਕੇ ਕੋਈ ਨਾਮ ਦੀ ਕਣੀ ਮੰਗ ਲਈਏ ਉਹ ਵਾਹਿਗੁਰੂ 'ਤੇ ਹਰ ਵੇਲੇ ਉਸਦੇ ਪੰਡਾਲ 'ਤੇ ਅੱਠੇ ਪੈਰ ਭਰੇ ਨੇ ਇਸ ਲਈ ਕਿਹਾ ਹੈ ਫਿਰ ਉੱਠੀ ਆ ਕੇ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਵਰਦੇ ਕਾਮੇ ਨੇ ਜਗਾਇਆ ਖੁਆਬ ਸੇ ਇਹ ਸਾਰਿਆਂ ਦੇ ਸਾਂਝੇ ਗੁਰੂ ਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਵੀਰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਵਰਤਾਉਣ ਵਾਲੇ
सर जगत के अंदर ठंड पाउन वाले गुरु नानक पातशाह जी इस अमृतमई बाणी इलाही बाणी नूं पढ़िए सुनिए विचारीए गुणिए ते जदों कोई किणका साडे हिरदे घरां विच रस वस जावेगा तां ही इह लोक सुखीए पर लोक सुनेंदे नानक हरू आपे मिल दिवस्ता बन सकेगी कुल्ला चुका ने हिमा बख्शो जी वाहिगुरु जी का खालसा वाहिगुरु जी की।